ਵਾਹਿ ਗੁਰੂ ਸਾਹਿਬ ਜੀ ਕਿਵ ਕਰੇ ਆਖਾਂ ਕਿਵ ਸਾਲਾਹੀ ਕਿਉ ਗਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆ ਨਾ ਸੋਹੈ ਬੇਸੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਪਰਮ ਸਨਮਾਨ ਜੋਗ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਸਨੇਮਰ ਫਤਿਹ ਪ੍ਰਵਾਨ ਕਰਨੀ ਜੀ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ ਉਸ ਦੀ ਰੌਣਕੇ ਸਾਂਝ ਪਾਈਏ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਨੇ ਇਹ ਜੋ ਪਾਵਨ ਪਵਿੱਤਰ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਔਰ ਸੰਥਿਆ ਆਪ ਸਾਰੇ ਜਣੇ ਪ੍ਰਾਪਤ ਕਰ ਰਹੇ ਹੋ ਗੁਰੂ ਮਹਾਰਾਜ ਜੀ ਨੇ ਜੋ ਇਸ ਬਾਣੀ ਦੀ ਵਿਚਾਰ ਆਰੰਭ ਕਰਾਈ ਹੈ ਅੱਜ ਤੀਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ ਆਓ ਪਹਿਲਾਂ ਇਸ ਬਾਣੀ ਦਾ ਇਸ ਬਾਣੀ ਦਾ ਜੋ ਪਾਠ ਹੈ ਉਹਨੂੰ ਨਾਲ ਮਿਲ ਕੇ শ্রবণ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਕਾਮਨਾ ਤੀਰਥ ਦੇਹ ਛਟੈ ਗਰਭ ਗੁਮਾਨ ਨਾ ਮੰਨਤੇ ਹਟੈ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਜੋ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੀ ਆਰੰਭਤਾ ਤੋਂ ਹੀ ਸਾਨੂੰ ਨਾਮ ਦੇ ਨਾਲ ਜੋੜਦੇ ਆ ਰਹੇ ਨੇ ਕੱਲ ਔਰ ਪਰਸੋਂ ਦੀ ਵਿਚਾਰ ਵਿੱਚ ਆਪਾਂ ਸਰਵਣ ਕੀਤਾ ਸੀ ਨਹੀਂ ਤੁਲ राम ਨਾਮ ਵਿਚਾਰ ਨਾਨਕ ਗੁਰਮੁਖ ਜਪ ਨਾਮ ਜਪੀਏ ਇੱਕ ਵਾਰ ਔਰ ਕੱਲ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਅੱਜ ਵੀ ਸੱਚੇ ਪਾਤਸ਼ਾਹ ਜੀ ਕੁਝ ਲੋਕਾਂ ਦੀ ਜੋ ਮਨੋਦਸ਼ਾ ਬਿਆਨ ਕਰਦੇ ਨੇ ਜਿਵੇਂ ਪਿੱਛੇ ਦੋ ਪੌੜੀਆਂ ਵਿੱਚ ਆਪਾਂ ਸੁਣਦੇ ਆ ਰਹੇ ਹਾਂ ਕੋਈ ਜਾਪ ਕਰ ਰਿਹਾ ਹੈ ਕੋਈ ਤਾਪ ਕਰ ਰਿਹਾ ਹੈ ਕਿਸੇ ਨੇ ਗਿਆਨ ਇਕੱਠਾ ਕੀਤਾ ਹੈ ਕੋਈ ਧਿਆਨ ਲਗਾ ਕੇ ਬੈਠਾ ਹੈ ਕੋਈ ਆਪਣੇ ਸਰੀਰ ਨੂੰ ਟੁਕੜੇ-ਟੁਕੜੇ ਕਰਕੇ ਅੱਗ ਵਿੱਚ ਪਾ ਕੇ ਸਾੜ ਰਿਹਾ ਹੈ ਕੋਈ ਹਵਨ ਕਰ ਰਿਹਾ ਹੈ ਕੋਈ ਕਿਸ ਤਰ੍ਹਾਂ ਕਰ ਰਿਹਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿੰਦੇ ਨੇ ਮਨ ਕਾਮਨਾ ਤੀਰਥ ਦੇਹ ਛੁਟੇ ਕਈ ਲੋਕਾਂ ਦੀ ਮਨ ਦੀ ਇੱਕ ਅਵਸਥਾ ਹੁੰਦੀ ਹੈ ਮਨ ਦੀ ਇੱਕ ਕਾਮਨਾ ਹੁੰਦੀ ਹੈ ਮਨ ਦੀ ਕੋਈ ਇੱਛਾ ਹੁੰਦੀ ਹੈ ਉਹ ਇੱਛਾ ਕੀ ਹੈ ਤੀਰਥਾਂ ਤੇ ਜਾ ਕੇ ਸਰੀਰ ਛੱਡਣਾ ਭਾਵ ਕਿ ਮੇਰਾ ਅੰਤਮ ਸਮਾਂ ਕਿਸੇ ਤੀਰਥ ਤੇ ਬਤੀਤ ਹੋਵੇ ਉਹਦਾ ਕਾਰਨ ਕੀ ਹੈ ਲੋਕਾਂ ਦੀ ਇਹ ਮਨੋਤ ਹੈ ਵੀ ਕਿਸੇ ਪਵਿੱਤਰ ਤੀਰਥ ਤੇ ਜਾ ਕੇ ਮੈਂ ਸਰੀਰ ਛੱਡਾਂਗਾ ਮੇਰੇ ਪ੍ਰਾਣ ਨਿਕਲਣਗੇ ਤੇ ਮੈਂ ਮੁਕਤ ਹੋ ਜਾਵਾਂਗਾ ਜੇ ਮੈਂ ਸਰੀਰ ਕਿਸੇ ਤੀਰਥ ਤੇ ਛੱਡਿਆ ਤੇ ਮੈਂ ਸਵਰਗਾਂ ਦੀ ਪ੍ਰਾਪਤੀ ਕਰ ਲਵਾਂਗਾ ਜਿਸ ਇਲਾਕੇ ਵਿੱਚ ਕਬੀਰ ਜੀ ਵਿਚਰ ਰਹੇ ਸਨ ਉਸ ਇਲਾਕੇ ਦੀ ਵੀ ਇਹ ਮਨਾਉਤ ਸੀ ਅੱਜ ਵੀ ਹੈ ਉੱਥੋਂ ਦੀ ਲੋਕਾਂ ਦੀ ਮਨਾਉਤ ਵੀ ਜਿਹੜਾ ਬੰਦਾ ਬਨਾਰਸ ਵਿੱਚ ਮਰਦਾ ਹੈ ਉਹ ਬੰਦਾ ਦੇਵਤਿਆਂ ਦੀ ਜੁਨੀ ਪੈਂਦਾ ਹੈ ਉਹ ਦੇਵਤਾ ਬਣਦਾ ਅਗਲੇ ਜਨਮ 'ਚ ਜਿਹੜਾ ਮਨੁੱਖ ਬਨਾਰਸ ਦੇ ਵਿੱਚ ਸਰੀਰ ਛੱਡੇਗਾ ਭਾਵੇਂ ਉਹ ਦਾਰੂ ਪੀਂਦਾ ਹੋਵੇ ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਕੋ ਕਰਮੀ ਹੋਵੇ ਭਾਵੇਂ ਕਿੰਨਾ ਵੀ ਬੁਰਾ ਮਨੁੱਖ ਹੋਵੇ ਕਿੰਨੀਆਂ ਚੋਰੀਆਂ ਚਕਾਰੀਆਂ ਕੀਤੀਆਂ ਉਹ ਠੱਗੀਆਂ ਪਹਿਨਾਮੀਆਂ ਕੀਤੀਆਂ ਹੋਣ ਪਰ ਜੇ ਬਨਾਰਸ ਵਿੱਚ ਉਹ ਮਰ ਗਿਆ ਤੇ ਉਹ ਨਰਕਾ ਨੂੰ ਨਹੀਂ ਜਾ ਸਕਦਾ ਉਹ ਸਵਰਗਾਂ ਨੂੰ ਜਾਏਗਾ ਤੇ ਬਿਲਕੁਲ ਉਹਦੇ ਨਾਲ ਇੱਕ ਹੋਰ ਨਗਰ ਹੈ ਉਸ ਨਗਰ ਨੂੰ ਉਹਨਾਂ ਲੋਕਾਂ ਨੇ ਕਹਿ ਦਿੱਤਾ ਵੀ ਇਹ ਨਗਰ ਜਿਹੜਾ ਹੈ ਜਿਹੜਾ ਇਸ ਨਗਰ ਵਿੱਚ ਮਰੇਗਾ ਇਸ ਪਿੰਡ ਵਿੱਚ ਮਰੇਗਾ ਉਹਨੂੰ ਮਗਹਰ ਵੀ ਕਿਹਾ ਬਾਣੀ ਦੇ ਅੰਦਰ ਉਸ ਮਗਰ ਨਗਰ ਦੇ ਵਿੱਚ ਮਰਨ ਦੇ ਨਾਲ ਕਹਿੰਦੇ ਜਿਹੜਾ ਬੰਦਾ ਉੱਥੇ ਮਰੇਗਾ ਅਗਲੀ ਜੂਨ ਉਹਨੂੰ ਖੋਤੇ ਦੀ ਮਿਲੇਗੀ ਗਦੇ ਦੀ ਮਿਲੇਗੀ ਤੇ ਕਬੀਰ ਜੀ ਕਹਿੰਦੇ ਨੇ ਜੇ ਪ੍ਰਮਾਤਮਾ ਦੀ ਭਗਤੀ ਅੰਦਰ ਹੈ ਜਿਸਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੈ ਜਿਸਦੇ ਕੋਲ ਚੰਗੇ ਕਰਮ ਨੇ ਦੁਨੀਆ ਦੀ ਕਿਸੇ ਵੀ ਧਰਤੀ ਤੇ ਸਰੀਰ ਛੱਡੇ ਭਾਵੇਂ ਉਹ ਬਨਾਰਸ ਹੈ ਭਾਵੇਂ ਮਗਰ ਹੈ ਮਗਰ ਹੈ ਆਵੇਂ ਕੋਈ ਵੀ ਦੁਨੀਆ ਦੀ ਧਰਤੀ ਹੈ ਕੋਈ ਵੀ ਦੇਸ਼ ਹੈ ਕੋਈ ਵੀ ਸ਼ਹਿਰ ਹੈ ਕੋਈ ਨਗਰ ਹੈ ਰੱਬ ਦਾ ਪਿਆਰਾ ਜਿੱਥੇ ਵੀ ਸਰੀਰ ਛੱਡੇਗਾ ਪਹਿਲੀ ਗੱਲ ਤੇ ਇਹ ਹੈ ਵੀ ਉਹਨੂੰ ਸਰੀਰ ਦੇ ਨਾਲ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਉਹ ਹਰ ਜਗ੍ਹਾ ਹੀ ਮੁਕਤ ਹੈ ਜਿਉਂਦਿਆਂ ਜੀ ਵੀ ਮੁਕਤ ਹੈ ਤੇ ਮਰਨ ਤੋਂ ਬਾਅਦ ਵੀ ਉਹ ਮੁਕਤ ਹੀ ਹੈ ਤੇ ਨਾਲ ਕਬੀਰ ਜੀ ਨੇ ਇਹ ਵੀ ਕਹਿ ਦਿੱਤਾ ਵੀ ਜੇ ਕੋਈ ਮਨੁੱਖ ਏਕ ਵੇਹ ਵੀ ਬਨਾਰਸ ਦੇ ਵਿੱਚ ਮਰਨ ਦੇ ਨਾਲ ਵੇ ਕੋਈ ਦੇਵਤਾ ਬਣ ਸਕਦਾ ਕਿਸੇ ਨੂੰ ਚੰਗੀ ਜੂਨ ਮਿਲ ਸਕਦੀ ਜਾਂ ਉਹ ਸਵਰਗਾਂ ਵਿੱਚ ਜਾ ਸਕਦਾ ਤੇ ਕਬੀਰ ਜੀ ਨੇ ਉਹਨਾਂ ਲੋਕਾਂ ਦੇ ਭੁਲੇਖੇ ਕੱਢੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬੜੀ ਪੜ੍ਹੀਏ ਤੇ ਕਬੀਰ ਜੀ ਦਾ ਇੱਕ ਬੜਾ ਸੋਹਣਾ ਬਚਨ ਵੀ ਹੁੰਦਾ ਉਹਨੂੰ ਮੈਂ ਇਸ ਤਰ੍ਹਾਂ ਬੇਨਤੀ ਕਰਦਾ ਉਹਨਾਂ ਵੀ ਇੱਕ ਯਾਤਰੀ ਆਇਆ ਆ ਕੇ ਕਬੀਰ ਜੀ ਨੂੰ ਕਹਿੰਦਾ ਜੀ ਕਬੀਰ ਜੀ ਮੈਂ ਸੁਣਿਆ ਹੈ ਵੀ ਇੱਥੇ ਬਨਾਰਸ ਦੇ ਵਿੱਚ ਠੱਗ ਬੜੇ ਨੇ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਵੀ ਤੁਸ ਤੁਹਾਨੂੰ ਉਹਨਾਂ ਲੋਕਾਂ ਦੀ ਪਹਿਚਾਣ ਹੋਏਗੀ ਇਸ ਕਰਕੇ ਮੈਂ ਆਪਜੀ ਤੋਂ ਪੁੱਛਣਾ ਚਾਹੁੰਨਾ ਵੀ ਮੈਨੂੰ ਉਹਨਾਂ ਦੀ ਨਿਸ਼ਾਨੀ ਦੱਸੋ ਵੀ ਠੱਗਾਂ ਦੀ ਕੀ ਨਿਸ਼ਾਨੀ ਹੈ ਸੁਣਿਆ ਵੀ ਲੋਕ ਇੱਥੇ ਠੱਗ ਲੈਂਦੇ ਨੇ ਬਨਾਰਸ ਦਾ ਠੱਗ ਬਨਾਰਸ ਦੀ ਠੱਗੀ ਬੜੀ ਮਸ਼ਹੂਰ ਹੈ ਇਸ ਕਰਕੇ ਮੈਂ ਯਾਤਰਾ ਕਰਨ ਆਇਆ ਤੇ ਮੈਂ ਯਾਤਰਾ ਕਰਦੇ ਹਾਂ ਕਿਤੇ ਠੱਗੇ ਨਾ ਜਾਵਾਂ ਤੇ ਮੈਨੂੰ ਦੱਸੋ ਉਹਨਾਂ ਠੱਗਾਂ ਦੀ ਨਿਸ਼ਾਨੀ ਤੇ ਕਮਾਲ ਦੀ ਗੱਲ ਹੈ ਕਬੀਰ ਜੀ ਨੇ ਉਹਨੂੰ ਨਿਸ਼ਾਨੀਆਂ ਦੱਸੀਆਂ ਕਹਿੰਦੇ ਨੋਟ ਕਰ ਕਹਿੰਦੇ ਨੇ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਉਣ ਤੱਕ ਉਹਨਾਂ ਨੇ ਸਾਢੇ ਸਾਢੇ ਤਿੰਨ ਦੀਆਂ ਸਾਢੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਉਹਨਾਂ ਨੇ ਪਹਿਨੀਆਂ ਹੋਈਆਂ ਨੇ ਕਹਿੰਦਾ ਜੀ ਠੀਕ ਹੈ ਤੇਰੇ ਪਾਉਣ ਤੱਕ ਤਿੰਨ ਸੂਤ ਦਾ ਉਹਨਾਂ ਨੇ ਜਦੇਉ ਪਾਇਆ ਹੋਇਆ ਤਿੰਨ ਧਾਗਿਆਂ ਦਾ ਉਹਨਾਂ ਨੇ ਜੋ ਸੂਤ ਸੂਤ ਦਾ ਜੋ ਉਹਨੇ ਜਨੇਊ ਪਾਇਆ ਹੋਇਆ ਹੈ ਕਹਿੰਦਾ ਠੀਕ ਹੈ ਜੀ ਥੋੜਾ ਜਿਹਾ ਹੈਰਾਨ ਹੋਇਆ ਵੀ ਮੈਂ ਠੱਗ ਦੀ ਗੱਲ ਕੀਤੀ ਵੀ ਇਹ ਕਿਹਦੀ ਗੱਲ ਦੱਸਣ ਲੱਗ ਪਏ ਨੇ ਕਹਿੰਦਾ ਚਲੋ ਅੱਗੇ ਦੱਸੋ ਤੇ ਕਹਿਣ ਲੱਗੇ ਜੀ ਅੱਗੇ ਗੱਲ ਤੂੰ ਨੋਟ ਕਰ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਪੱਗ ਉਹਨਾਂ ਦੇ ਗਲਾਂ ਦੇ ਵਿੱਚ ਮਾਲਾ ਹੋਏਗੀ ਹੱਥ ਵਿੱਚ ਲੋਟੇ ਹੋਣਗੇ ਉਹ ਯਾਤਰੀ ਜਿਹੜਾ ਯਾਤਰਾ ਕਰਨ ਆਇਆ ਸੀ ਬਨਾਰਸ ਦੀ ਉਹ ਕਹਿਣ ਲੱਗਾ ਰੁਕੋ ਕਬੀਰ ਜੀ ਕੀ ਦੱਸਦੇ ਪਏ ਜੇ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਹੈ ਕਿ ਕਬੀਰ ਜੀ ਮੈਨੂੰ ਦੱਸੋ ਵੀ ਬਨਾਰਸ ਦੇ ਵਿੱਚ ਠੱਗ ਬੜੇ ਨੇ ਤੇ ਠੱਗਾਂ ਦੀ ਨਿਸ਼ਾਨੀ ਕੀ ਹੈ ਤੇ ਜਿਹੜੀ ਨਿਸ਼ਾਨੀ ਤੁਸੀਂ ਦੱਸ ਰਹੇ ਹੋ ਵੀ ਗੱਲਾਂ ਵਿੱਚ ਮਾਲਾ ਹੋਏਗੀ ਹੱਥ ਵਿੱਚ ਲੋਟੇ ਹੋਣਗੇ ਗਲ ਵਿੱਚ ਜਨੇਊ ਪਾਇਆ ਹੋਏਗਾ ਤੇ ਫਿਰ ਉਹਨਾਂ ਨੇ ਸਾਢੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਲਾਈਆਂ ਹੋਣਗੀਆਂ ਇਹ ਠੱਗਾ ਦੀ ਨਿਸ਼ਾਨੀ ਨਹੀਂ ਤੁਸੀਂ ਤੇ ਕਿਸੇ ਪੰਡਤ ਦੀ ਕਿਸੇ ਬਹੁਤ ਵਿਦਵਾਨ ਦੀ ਕਿਸੇ ਗਿਆਨੀ ਧਿਆਨੀ ਦੀ ਤੁਸੀਂ ਨਿਸ਼ਾਨੀ ਦੱਸ ਰਹੇ ਹੋ ਤੇ ਕਬੀਰ ਜੀ ਹੱਸ ਕੇ ਕਹਿਣ ਲੱਗੇ ਨਹੀਂ ਨਹੀਂ ਮਿੱਤਰਾ ਤੂੰ ਇੱਥੇ ਹੀ ਭੁਲੇਖਾ ਖਾ ਜਾਏਂਗਾ ਓਏ ਹਰ ਕੇ ਸੰਤ ਨਾ ਆਖੀਐ ਹੈ ਬਾਨਾਰਸ ਕੇ ਠੱਗ ਉਹ ਉਹਨੂੰ ਸੰਤ ਨਾ ਕਿਤੇ ਸਮਝ ਬੈਠੀ ਠੱਗ ਦੀ ਨਿਸ਼ਾਨੀ ਹੈ ਉਹ ਤੈਨੂੰ ਇਸ ਪਹਿਰਾਵੇ ਵਿੱਚ ਮਿਲ ਸਕਦਾ ਹੈ ਤੇ ਇਸ ਪਹਿਰਾਵੇ ਵਿੱਚ ਮਿਲ ਕੇ ਤੈਨੂੰ ਠੱਗ ਸਕਦਾ ਹੈ। ਭਾਵ ਕਹਿਣ ਦਾ ਠੱਗੀ ਕਰਨ ਦਾ ਤਰੀਕਾ ਠੱਗ ਦੇ ਕੋਲ ਧਾਰਮਿਕ ਪਹਿਰਾਵਾ ਵੀ ਬਹੁਤ ਸਾਰਾ ਹੈ। ਜੋ ਪਹਿਰਾਵਾ ਦਿਖਾ ਕੇ ਲੋਕਾਂ ਨੂੰ ਅੱਜ ਵੀ ਲੋਕੀ ਭਰਮਾਏ ਜਾ ਰਹੇ ਨੇ। ਬਾਣਾ ਦੇਖ ਲਿਆ ਅੰਦਰੋਂ ਜੀਵਨ ਨਹੀਂ ਕਈ ਵਾਰੀ ਦੇਖਿਆ ਤੇ ਲੋਕ ਕਹਿ ਦਿੰਦੇ ਨੇ ਵੀ ਅਸੀਂ ਠੱਗੇ ਗਏ ਹਾਂ ਸਾਨੂੰ ਪਤਾ ਨਹੀਂ ਸੀ। ਇਹ ਸਤਿਗੁਰ ਤੇ ਬਾਣੀ ਵਿੱਚ ਕਹਿ ਰਹੇ ਨੇ ਬਾਰ-ਬਾਰ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਮੈਂ ਤੇ ਹੰਸ ਸਮਝਿਆ ਸੀ ਮੈਂ ਤੇ ਬੜਾ ਸੰਤ ਸਮਝਿਆ ਸੀ ਮੈਂ ਬੜਾ ਪਵਿੱਤਰ ਸਮਝਿਆ ਸੀ ਇਸ ਕਰਕੇ ਸੰਗਤ ਕਰ ਬੈਠਾ ਲੇਕਿਨ ਜਦੋਂ ਹੰਸ ਦੇਖਿਆ ਵੀ ਇਹ ਹੰਸ ਲੱਗਦਾ ਹੈ ਹੰਸ ਔਰ ਬਗਲੇ ਵਿੱਚ ਦੇਖਣ ਨੂੰ ਕੋਈ ਫਰਕ ਨਹੀਂ ਹੈ ਜਦੋਂ ਦੋਨਾਂ ਨੂੰ ਦੇਖਿਆ ਦੋਨਾਂ ਦੇ ਵਿੱਚ ਫਰਕ ਕੋਈ ਨਜ਼ਰ ਨਾ ਆਇਆ ਪਤਾ ਹੀ ਉਦੋਂ ਲੱਗਾ ਜਦੋਂ ਹੰਸ ਜਿਹਨੂੰ ਸਮਝਿਆ ਸੀ ਉਹ ਆਪਣੀ ਖੁਰਾਕ ਛੱਡ ਕੇ ਮੱਛੀਆਂ ਨੂੰ ਪਾਲਣ ਚਲਾ ਗਿਆ ਮੱਛੀਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਗੰਦ ਗੰਦਗੀ ਖਾਣੀ ਉਹਨੇ ਸ਼ੁਰੂ ਕਰ ਦਿੱਤੀ ਕਬੀਰ ਜੀ ਕਹਿੰਦੇ ਓਏ ਹਰ ਕੇ ਸੰਤਨਾ ਆਖੀ ਹੈ ਬਾਨਾਰਸ ਕੇ ਠਗ ਹੁਣ ਕਿਸੇ ਮਨੁੱਖ ਦੀ ਮਨੋਤ ਹੋ ਸਕਦੀ ਹੈ ਵੀ ਬਨਾਰਸ ਵਿੱਚ ਮਰਨ ਦੇ ਨਾਲ ਵੀ ਮੈਂ ਦੇਵਤਾ ਬਣ ਸਕਦਾ ਜਾਂ ਮੈਨੂੰ ਸਵਰਗ ਮਿਲ ਸਕਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕਾਮਨਾ ਤੀਰਥ ਦੇ ਛੁਟੇ ਇੱਕ ਨਹੀਂ ਹੁਣ ਦੇਖੋ ਥੱਥੇ ਨੂੰ ਕੋਈ ਔਂਕੜ ਨਹੀਂ ਲੱਗੀ ਜੇ ਥੱਥੇ ਨੂੰ ਔਂਕੜ ਨਹੀਂ ਲੱਗੀ ਇਹਦਾ ਭਾਵ ਹੈ ਬਹੁਤੇ ਤੀਰਤ ਕਈਆਂ ਦੀ ਕਾਮਨਾ ਹੁੰਦੀ ਹੈ ਇੱਛਾ ਹੁੰਦੀ ਵੀ ਮੈਂ ਤੀਰਥਾਂ ਤੇ ਜਾ ਕੇ ਆਪਣੇ ਪ੍ਰਾਣ ਤੇ ਆਗਾ ਆਪਣਾ ਸਰੀਰ ਛੱਡਾਂ ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਬਨੁਖ ਸਮਝਦਾ ਹੈ ਵੀ ਜਿੰਨੀਆਂ ਕੁ ਮੈਨੂੰ ਅੰਦਰੋਂ ਫਾਇਆਂ ਪਈਆਂ ਹੋਈਆਂ ਨੇ ਵਿਕਾਰਾਂ ਦੀਆਂ ਆ ਜਿਹੜਾ ਹਉਮੇ ਦੇ ਕਰਕੇ ਮੇਰੇ ਉੱਪਰ ਪਰਤ ਚੜ੍ਹੀ ਹੋਈ ਹੈ ਮੈਲ ਦੀ ਇਹ ਅੰਦਰੋਂ ਮਨ ਦੀ ਮੈਲ ਕੱਟੀ ਜਾਏਗੀ ਸਤਗੁਰੂ ਜੀ ਕਹਿੰਦੇ ਗਰਭ ਗਮਾਨ ਨਾ ਮਨ ਤੇ ਹਟੈ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਹੰਕਾਰ ਨਹੀਂ ਘਟਦਾ ਕਦੇ ਹਉਮੈ ਨਹੀਂ ਘਟ ਸਕਦੀ ਕਿਉਂਕਿ ਤੀਰਥਾਂ ਤੇ ਜੇ ਕੋਈ ਮਨੁੱਖ ਗਿਆ ਸਤਗੁਰੂ ਜੀ ਨੇ ਬਾਰ ਬਾਰ ਗੱਲ ਕੀਤੀ ਹੈ ਤੀਰਥ ਦੀ ਤੇ ਦੱਸਿਆ ਵੀ ਇਹ ਵੀ ਤੀਰਥ ਹੈ ਜਿਹੜਾ ਰੋਜ਼ ਆਪਾਂ ਪੜਦੇ ਬਾਣੀ ਦੇ ਅੰਦਰ ਸਤਗੁਰੂ ਜੀ ਕਹਿੰਦੇ ਤੀਰਥ ਨਹਾਵਾ ਜੇ ਤੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਤੀਰਥਾਂ ਤੇ ਮੈਂ ਤਾਂ ਇਸ਼ਨਾਨ ਕਰਾਂ ਤੀਰਥਾਂ ਤੇ ਜਾਣਾ ਮੇਰਾ ਤਾਂ ਸੁਭਾਗਾ ਹੋਵੇ ਤਾਂ ਵਟਭਾਗਾ ਹੋਵੇ ਤਾਂ ਚੰਗਾ ਹੋਵੇ ਜੇ ਤੈਨੂੰ ਭਾ ਜਾਵਾ ਪਰ ਹੋਇਆ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਖੀ ਨਾ ਤਿਆਂ ਦੋਇ ਪਾ ਚੜੀਐ ਸਹੋਰ ਕਦੇ ਵੀ ਸਰੀਰ ਦਾ ਜੋ ਸੰਬੰਧ ਹੈ ਉਹ ਤੀਰਥ ਨਾਲ ਹੋ ਸਕਦਾ ਪਰ ਮਨ ਦਾ ਸੰਬੰਧ ਤੀਰਥ ਨਾਲ ਕਦੇ ਨਹੀਂ ਹੋ ਸਕਦਾ ਹਾਂ ਇੰਨਾ ਪੱਕਾ ਹੈ ਵੀ ਤੀਰਥ ਤੇ ਇਸ਼ਨਾਨ ਕਰਨ ਨਾਲ ਤਨ ਜਿਹੜਾ ਹੈ ਉਹ ਕੁਝ ਸਮੇਂ ਵਾਸਤੇ ਪਵਿੱਤਰ ਹੋ ਸਕਦਾ ਧੋਤਾ ਜਾ ਸਕਦਾ ਪਰ ਜੇ ਤੁਸੀਂ ਕਹੋ ਲੰਮੇ ਸਮੇਂ ਵਾਸਤੇ ਮੈਂ ਸਰੀਰ ਨੂੰ ਵੀ ਪਵਿੱਤਰ ਕਰ ਲਵਾਂ ਇਹਨੂੰ ਤੇ ਕਈ ਤਰ੍ਹਾਂ ਦੀ ਮੈਲ ਕਈ ਤਰ੍ਹਾਂ ਦੀ ਧੂੜ ਕਈ ਤਰ੍ਹਾਂ ਦੇ ਕਾਣੇ ਨੂੰ ਲੱਗਦੇ ਰਹਿੰਦੇ ਨੇ ਇਹ ਕਦੇ ਪਵਿੱਤਰ ਹੋ ਹੀ ਨਹੀਂ ਸਕਦਾ ਹਾ ਐਨਾ ਜ਼ਰੂਰ ਹੈ ਵੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤਨ ਧੋਤਾ ਜਾ ਸਕਦਾ ਹੈ ਪਰ ਮਨ ਦੀ ਮੈਲ ਸਤਿਗੁਰੂ ਜੀ ਕਹਿੰਦੇ ਨਹੀਂ ਇਕ ਬੜਾ ਹੀ ਪਿਆਰਾ ਦੋਹਰਾ ਹੈ ਬਾਣੀ ਵਿੱਚ ਨਹੀਂ ਹੈ ਵੈਸੇ ਕਬੀਰ ਜੀ ਦੀ ਬਾਣੀ ਵਿੱਚੋਂ ਹੈ ਕਿਉਂਕਿ ਬਹੁਤ ਸਾਰੀ ਬਾਣੀਆਂ ਸੀ ਜਿਹੜੀ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਹੈ ਔਰ ਨੋਟ ਨਹੀਂ ਕੀਤੀ ਗਈ ਮਾਰੇ ਨੇ ਬਾਣੀ ਅੰਦਰ ਨਹੀਂ ਅੰਗਤ ਕੀਤੀ ਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਤੀਰਥਾਂ ਦੇ ਬਾਬਤ ਬਹੁਤ ਕੁਝ ਲਿਖਿਆ ਹੈ ਤੇ ਅਸਲੀ ਤੀਰਥ ਮੈਂ ਬੇਨਤੀ ਕਰ ਰਿਹਾ ਸੀ ਤੀਰਥ ਕੀ ਹੈ ਸਤਗੁਰੂ ਜੀ ਕਹਿੰਦੇ ਤੀਰਥ ਨਾਵਣ ਜਾਓ तीरथ नाम है परमेश्वर ਦਾ ਨਾਮ ਹੈ ਤੀਰਥ परमेश्वर ਦਾ ਨਾਮ ਹੀ ਅਸਲੀ ਤੀਰਥ ਹੈ ਜੇਕਰ ਕਿਸੇ ਨੂੰ ਇੱਥੇ ਇਸ਼ਨਾਨ ਕਰਨ ਆ ਗਿਆ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਮੈਂ ਉਹ ਬੇਨਤੀ ਕਰ ਰਿਹਾ ਸੀ ਕਿ ਕਬੀਰ ਜੀ ਦਾ ਇੱਕ ਦੋਹਰਾ ਹੈ ਕਬੀਰ ਜੀ ਲਿਖਦੇ ਨੇ ਕਹਿੰਦੇ ਨੇ ਗੰਗ ਨਹਾਏ ਜੋ ਨਰ ਤਰ ਹੈ ਮੈਂਡਕ ਕਿਉਂ ਨਾ ਤਰ ਹੈ ਜਿਨ ਕੇ ਗੰਗਾ ਮੇ ਕਰ ਹੈ ਜੇਕਰ ਕਿਸੇ ਮਨੁੱਖ ਨੂੰ ਭੁਲੇਖਾ ਹੈ ਵੀ ਗੰਗਾ ਤੇ ਨਹਾਉਣ ਦੇ ਨਾਲ ਬੰਦਾ ਤਰ ਸਕਦਾ ਹੈ ਤੇ ਕਹਿੰਦੇ ਫਿਰ ਜਿਹੜੇ ਡੱਡੂ ਨੇ ਮੈਂਡਕ ਨੇ ਉਹਨਾਂ ਦਾ ਤੇ ਘਰ ਹੀ ਗੰਗਾ ਦੇ ਅੰਦਰ ਹੈ ਉਹ ਕਿਉਂ ਨਹੀਂ ਤਰ ਗਏ ਗੰਗਾਂ ਨਹਾਏ ਜੋ ਨਰ ਤਰ ਹੈ ਮੈਂਡਕ ਕਿਉਂ ਨਾ ਤਰ ਹੈ ਜਿਨ ਕੇ ਗੰਗਾ ਮੇ ਘਰ ਹੈ ਕਹਿੰਦੇ ਦੂਸਰੀ ਲੋਕਾਂ ਦੀ ਮਨਉਤ ਇਹ ਹੈ ਵੀ ਜਟਾਵਾਂ ਵਧਾਉਣ ਦੇ ਨਾਲ ਬੰਦਾ ਤਰ ਸਕਦਾ ਹੈ ਕਹਿੰਦੇ ਇਹ ਵੀ ਸੁਣ ਲੋ ਜਟਾ ਬਿढ़ाए ਜੋ ਨਰ ਤਰ ਹੈ ਕਹਿੰਦੇ ਮੋਰ ਕਿਉਂ ਨਾ ਤਰ ਹੈ ਜਿਨਕੇ ਲੰਬੇ ਲੰਬੇ ਪਰ ਹੈ ਜਟਾਵਾਂ ਵਧਾਉਣ ਦੇ ਨਾਲ ਜੇਕਰ ਬੰਦਾ ਤਰ ਸਕਦਾ ਹੋਵੇ ਤਰਨ ਦਾ ਸਬੰਧ ਜੇਕਰ ਜਟਾਵਾਂ ਨਾਲ ਹੀ ਹੈ ਫਿਰ ਕਹਿੰਦੇ ਮੋਰਾਂ ਦੇ ਵੀ ਲੰਬੇ ਲੰਬੇ ਪਰ ਨੇ ਉਹ ਕਿਉਂ ਨਹੀਂ ਤਰ ਗਏ ਫਿਰ ਤੀਜੇ ਨੰਬਰ ਤੇ ਗੱਲ ਕੀਤੀ ਕਹਿੰਦੇ ਸ਼ੰਖ বাজਾਏ ਜੋ ਨਾ ਤਰ ਹੈ ਗਧੇ ਕਿਉਂ ਨਾ ਤਰ ਹੈ ਜਿਨਕੇ ਸ਼ੰਖ ਜੈਸੇ ਸਵਰ ਹੈ ਕਹਿੰਦੇ ਨੇ ਜੇ ਕਿਸੇ ਮਨੁੱਖ ਨੇ ਇਹ ਸੋਚ ਕੇ ਰੱਖਿਆ ਹੈ ਕਿ ਸ਼ੰਖ ਵਜਾਵਾਂ ਸੰਖ ਵਜਾਉਣਾ ਕਹਿੰਦੇ ਬੜਾ ਸ਼ੁਭ ਹੈ ਜੇ ਸੰਖ ਵਜਾਉਣ ਦੇ ਨਾਲ ਤਰ ਸਕਦਾ ਬੰਦਾ ਕਹਿੰਦੇ ਗਧੇ ਦਾ ਜੋ ਬੋਲਣਾ ਹੈ ਹਿੰਕਣਾ ਹੈ ਜੋ ਗਧੇ ਦੀ ਆਵਾਜ਼ ਹੈ ਉਹ ਤੇ ਸੰਖ ਵਰਗੀ ਹੈ ਫਿਰ ਗਧਾ ਕਿਉਂ ਨਹੀਂ ਤਰ ਗਿਆ ਪੁੱਛਿਆ ਚੇਲਿਆਂ ਨੇ ਕਿ ਮਹਾਰਾਜ ਦੱਸੋ ਫਿਰ ਹੱਲ ਕੀ ਹੈ ਬੰਦਾ ਤਰੇਗਾ ਕਿਵੇਂ ਕਹਿੰਦੇ ਭਾਈ ਨਾ ਸੰਖ ਵਜਾਉਣ ਦੇ ਨਾਲ ਨਾ ਗੰਗਾ ਤੇ ਨਹਾਉਣ ਦੇ ਨਾਲ ਨਾ ਜਟਾਵਾਂ ਵਧਾਉਣ ਦੇ ਨਾਲ ਗੰਗ ਨਹਾਏ ਜੋ ਨਰ ਤਰ ਹੈ ਮੈਂਡਕ ਕਿਉਂ ਨਾ ਤਰ ਹੈ ਜਿਨ ਕੇ ਗੰਗਾ ਮੇਂ ਘਰ ਹੈ ਜਟਾ ਬੜ੍ਹਾਏ ਜੋ ਨਰਤਰ ਹੈ ਮੋਰ ਕਿਉਂ ਨਾ ਤਰ ਹੈ ਜਿਨਕੇ ਲੰਬੇ ਲੰਬੇ ਪਰ ਹੈ ਸ਼ੰਖ ਵਜਾਏ ਜੋ ਨਰਤਰ ਹੈ ਗਧੇ ਕਿਉਂ ਨਾ ਤਰ ਹੈ ਜਿਨਕੇ ਸ਼ੰਖ ਜੈਸੇ ਸੁਰ ਹੈ ਕਹ ਕਬੀਰ ਸੁਨੋ ਰੇ ਸੰਤੋ ਵਹੀ ਨਰਤਰ ਹੈ ਜਿਨਕੇ ਹਿਰਦੇ ਮੇਂ ਹਰ ਹੈ ਉਹੀ ਬੰਦਾ ਤਰ ਸਕਦਾ ਜਿਹਦੇ ਹਿਰਦੇ ਵਿੱਚ ਹਰੀ ਪ੍ਰਮਾਤਮਾ ਹੈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਉਸੇ ਬੰਦੇ ਦਾ ਹੀ ਭਲਾ ਹੋਏਗਾ ਇਸ ਸੱਚੇ ਪਾਤਸ਼ਾਹ ਜੀ ਨੇ ਬਾਰ ਬਾਰ ਬਾਣੀ ਵਿੱਚ ਕਿਹਾ ਤੀਰਥਾਂ ਦੀ ਗੱਲ ਕੀਤੀ ਹੈ ਆਪਾਂ ਜਿਹੜੀ ਗੱਲ ਕਰ ਰਹੇ ਆਂ ਵੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹਟੈ ਇਸ਼ਨਾਨ ਕਰਨ ਦੇ ਨਾਲ ਕਦੇ ਅੰਦਰ ਦਾ ਹੰਕਾਰ ਅੰਦਰ ਦੀ ਹਉਮੈ ਨਾਸ ਨਹੀਂ ਹੋ ਸਕਦੀ ਸੋਚ ਕਰੈ ਦਿਨਸ ਅਰ ਰਾਤ ਜਿਹੜੀ ਪਹਿਲਾਂ ਆਪਾਂ ਪੰਕਤੀ ਪੜ੍ਹੀ ਹੈ ਗਰਭ ਗੁਮਾਨ ਗਰਭ ਦਾ ਅਰਥ ਹੈ ਬੱਬਾ ਲੱਗਾ ਹੋਵੇ ਗਰਭ ਦਾ ਭਾਵ ਹੈ ਹੰਕਾਰ ਹੁਣ ਗੱਗਾ ਰਰਾ ਭੱਬਾ ਲੱਗਾ ਹੋਵੇ ਉਹਦਾ ਉਹਨੂੰ ਅਖੀਦਾ ਗਰਭ ਤੇ ਗਰਭ ਜਿੱਥੇ ਭੱਬਾ ਲੱਗਾ ਹੋਵੇ ਉਹਨੂੰ ਗਰਭ ਆਖਣਾ ਹੈ ਤੇ ਗਰਭ ਦਾ ਅਰਥ ਬਣਦਾ ਹੈ ਪੇਟ ਉਦਰ ਤੇ ਬੱਬਾ ਲੱਗਾ ਹੋਵੇ ਇਹਦਾ ਭਾਵ ਹੈ ਹੰਕਾਰ ਬੱਬਾ ਲੱਗਾ ਹੋਵੇ ਇਹਨੂੰ ਹਲਕਾ ਜਿਹਾ ਕਹਿਣਾ ਹੈ ਗਰਭ ਭੱਬਾ ਲੱਗਾ ਹੋਵੇ ਉਹਨੂੰ ਗਰਭ ਇਸ ਤਰ੍ਹਾਂ ਬੋਲਣਾ ਹੈ ਇੱਥੇ ਗਰਭ ਲਿਖਿਆ ਗਰਭਗੁਮਾਨ ਨਾ ਮਨ ਤੇ ਹਟੈ ਸੋਚ ਕਰੈ ਦਿਨ ਸ ਅਰ ਰਾਤ ਸੋਚਦਾ ਇੱਥੇ ਅਰਥ ਸੋਚਣਾ ਨਹੀਂ ਹੈ ਕਿਸੇ ਚੀਜ਼ ਨੂੰ ਥਿੰਕ ਕਰਨਾ ਨਹੀਂ ਕਿਸੇ ਬਾਤ ਨੂੰ ਸੋਚਣਾ ਨਹੀਂ ਹੈ ਸੋਚਦਾ ਇੱਥੇ ਅਰਥ ਹੈ ਪਵਿੱਤਰਤਾ ਦਿਨ ਰਾਤ ਹੀ ਕਰੇ ਕੋਈ ਸੋਚ ਕਰੇ ਦਿਨਸ ਅਰ ਰਾਤ ਤੀਰਥਾਂ ਤੇ ਇਸ਼ਨਾਨ ਕਰੇ ਸੁਚੰਮਤਾ ਧਾਰਨ ਕਰੇ ਵੀ ਮੈਂ ਸੁੱਚਾ ਹੋ ਜਾਵਾਂ ਪਵਿੱਤਰ ਹੋ ਜਾਵਾਂ ਕਿਸੇ ਤਰ੍ਹਾਂ ਇਹ ਧਾਰਨ ਕਰਨ ਦੀ ਕੋਸ਼ਿਸ਼ ਕਰੇ ਵੀ ਤੀਰਥਾਂ ਤੇ ਜਾ ਕੇ ਜਾਂ ਮੈਂ बार-ਬਾਰ ਇਸ਼ਨਾਨ ਕਰਾਂ ਸਤਿਗੁਰੂ ਜੀ ਕਹਿੰਦੇ ਨੇ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਜਿਹੜੀ ਮਨ ਦੀ ਮੈਲ ਹੈ ਨਾ ਉਹ ਤਨ ਤੋਂ ਨਹੀਂ ਜਾ ਸਕਦੀ ਤਨ ਧੋਤਿਆਂ ਨਹੀਂ ਜਾ ਸਕਦੀ ਜੇ ਤਨ ਧੋਤਿਆਂ ਮਨ ਦੀ ਮੈਲ ਲੱਥ ਜਾਂਦੀ ਹੋਵੇ ਫਿਰ ਤੇ ਬੜਾ ਸਾਨਾ ਹੈ ਬੰਦਾ 100 ਪਾਪ ਕਰਕੇ ਜਾ ਕੇ ਆਪਣਾ ਸਰੀਰ ਦੀ ਮੈਲ ਲਾਵੇ ਤੇ ਉਹ পাপ ਵੀ ਲੱਤ ਜਾਏਗਾ ਪਰ ਐਸਾ ਹੈ ਨਹੀਂ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਤਨ ਧੋਤਿਆਂ ਮਨ ਦੀ ਮੈਲ ਕਦੇ ਦੂਰ ਨਹੀਂ ਹੁੰਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੈ ਸਤਿਗੁਰ ਜੀ ਕਹਿੰਦੇ ਨੇ ਇਸ ਦੇਹੀ ਨੂੰ ਇਸ ਦੇਹੀ ਦੇ ਨਾਲ ਇਸ ਸਰੀਰ ਦੇ ਨਾਲ ਕਈ ਸਾਧਨ ਕਰਦਾ ਹੈ ਵੀ ਮੈਂ ਯਤਨ ਕਰਾਂ ਵੀ ਦੇਹੀ ਦੇ ਨਾਲ ਕੁਝ ਕਰਕੇ ਕੋਈ ਇਹਨੂੰ ਤਪਾਵਾਂ ਇਹਨੂੰ ਕੋਈ ਕਸ਼ਟ ਦਵਾ ਤਾਂ ਕਿ ਰੱਬ ਖੁਸ਼ ਹੋ ਜਾਵੇ ਵੀ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਵੀ ਆਪਣੇ ਪਰਮੇਸ਼ਰ ਨਾਲ ਪਿਆਰ ਕਰ ਰਿਹਾ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਕੁਝ ਹੋਏਗਾ ਮਨ ਤੇ ਕਬਹੂ ਨਾਮ ਵਿਖਿਆ ਤਰੇ ਤਾਂ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਚੱਲ ਸਕਦਾ ਜਿਹੜੇ ਮਨ ਦੇ ਉੱਪਰ ਨਾ ਵਿਖਿਆ ਜੰਮੀ ਹੋਈ ਹੈ ਵਿਸ਼ੇ ਵਿਕਾਰ ਜੰਮੇ ਹੋਏ ਨੇ ਮਨ ਦੇ ਵਿੱਚ ਉਹ ਵਿਸ਼ੇ ਵਿਕਾਰ ਦੇਖੋ ਸਾਡੇ ਕੋਲ ਪਰਮੇਸ਼ਰ ਨੇ ਦਰਵਾਜੇ ਦਿੱਤੇ ਨੇ ਸਰੀਰ ਨੂੰ ਕੰਨ ਦੋ ਦਰਵਾਜੇ ਨੇ ਅੱਖਾਂ ਦੋ ਦਰਵਾਜੇ ਨੇ ਨਾਸਕਾ ਹੈ ਮੁਖ ਹੈ ਮਲਮੂਤਰ ਦਾ ਦਰਵਾਜਾ ਹੈ ਇਹ ਦਰਵਾਜੇ ਦਿੱਤੇ ਨੇ ਪ੍ਰਮਾਤਮਾ ਨੇ ਨੌ ਹੁਣ ਦਰਵਾਜੇ ਦਾ ਕੰਮ ਕੀ ਹੈ ਬਾਹਰੋਂ ਕਿਸੇ ਨੂੰ ਅੰਦਰ ਇੰਟਰ ਕਰਾਣਾ ਤੇ ਅੰਦਰੋਂ ਕਿਸੇ ਨੂੰ ਬਾਹਰ ਭੇਜਣਾ ਜਿਹਦੇ ਰਾਹੀਂ ਅੰਦਰ ਬਾਹਰ ਆਇਆ ਜਾ ਸਕੇ ਜਾਇਆ ਜਾ ਸਕੇ ਇਹ ਦਰਵਾਜ਼ੇ ਆਪਾਂ ਇਹਨੂੰ ਵੀ ਦਰਵਾਜ਼ੇ ਕਹਿੰਨੇ ਆਂ ਕੰਨਾਂ ਨੂੰ ਵੀ ਬਾਣੀ ਨੇ ਦਰਵਾਜ਼ਾ ਕਿਹਾ ਹੈ ਦੇਖੋ ਬਾਣੀ ਆਪਾਂ ਪੜਦਿਆਂ ਅਨੰਦ ਸਾਹਿਬ ਦੀ ਅਖੀਰ ਵਿੱਚ ਜਾ ਕੇ ਮਾਲਕ ਜੀ ਵਚਨ ਕਰਦੇ ਨੇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਜਿਹੜਾ ਨੌ ਦਰਵਾਜ਼ੇ ਨੇ ਇਹਨਾਂ ਵਿੱਚੋਂ ਖਾਸ ਦਰਵਾਜ਼ੇ ਲਈਏ ਜਿਹੜੇ ਨੇ ਕੰਨ ਨੇ ਅੱਖਾਂ ਨੇ ਨਾਸਕਾ ਹੈ ਤੇ ਮੁਖ ਹੈ ਸਾਡਾ ਮੂੰਹ ਹੈ ਇਹ ਵੀ ਦਰਵਾਜੇ ਨੇ ਇਹਨਾਂ ਦੀ ਬਾਤ ਕਰੀਏ ਹੁਣ ਕਿਉਂ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਉਂਦੀ ਹੈ 12 ਤੇ ਵਧੇਗ ਉਹਦੇ ਵਿੱਚ ਮਹਾਰਾਜ ਨੇ ਲਿਖਿਆ ਸਤਗੁਰ ਮੈਂਡਾ ਮਿੱਤ ਹੈ ਸਤਗੁਰ ਮੈਂਡਾ ਮਿੱਤ ਹੈ ਸਤਗੁਰ ਮੇਰੇ ਮਿੱਤਰ ਨੇ ਹੁਣ ਖਿਆਲ ਕਰਨਾ ਸਾਡੇ ਘਰ ਦੇ ਦਰਵਾਜ਼ੇ ਨੂੰ ਆ ਕੇ ਕੋਈ ਖੜਕਾਵੇ ਕੋਈ ਮਿੱਤਰ ਆਵੇ ਤੇ ਉਹ ਘਰ ਦਾ ਦਰਵਾਜ਼ਾ ਖੜਕਾਵੇ ਅਸੀਂ ਦਰਵਾਜ਼ਾ ਖੋਲੀਏ ਸਾਡੇ ਸਾਡੇ ਸਾਹਮਣੇ ਸਾਡਾ ਮਿੱਤਰ ਖੜਾ ਹੋਵੇ ਤੇ ਅਸੀਂ ਆਪਣੇ ਮਿੱਤਰ ਨੂੰ ਦੇਖ ਕੇ ਆਖੀਏ ਵੀ ਹਾਂ 10 ਗੱਲ ਕੀ ਕਹਿਣੀ ਹੈ ਉਹ ਕਵੇ ਮੈਂ ਕੋਈ ਤੈਨੂੰ ਗੱਲ ਸੁਣ ਕਹਿਣ ਆਇਆ ਕੋਈ ਗੱਲ ਸਮਝਾਉਣ ਆਇਆ ਕੋਈ ਤੇਰੇ ਨਾਲ ਗੱਲਬਾਤ ਕਰਨੀ ਹੈ ਤੇ ਆਪਾਂ ਕਦੀ ਵੀ ਇਸ ਤਰ੍ਹਾਂ ਨਹੀਂ ਉਸ ਨੂੰ ਕਹਿੰਦੇ ਵੀ ਹਾਂ ਤੂੰ ਦਰਵਾਜ਼ੇ 'ਚ ਹੀ ਆਪਣੀ ਗੱਲ ਕਹਿ ਤੇ ਚਲਾ ਜਾ ਆਪਾਂ ਕਹਿੰਦੇ ਨਹੀਂ ਸੱਜਣਾ ਪਹਿਲਾਂ ਅੰਦਰ ਆ ਅੰਦਰ ਬੈਠ ਆਪਾਂ ਅੰਦਰ ਬੈਠ ਕੇ ਨਾਲੇ ਚਾਹ ਪਾਣੀ ਛਕਦੇ ਆਂ ਤੇ ਨਾਲ ਆਪਾਂ ਦਲਬਾਤ ਕਰਦੇ ਆਂ ਕਦੇ ਵੀ ਮਨੁੱਖ ਇਸ ਤਰ੍ਹਾਂ ਨਹੀਂ ਕਰਦਾ ਵੀ ਮਿੱਤਰ ਘਰ ਆਇਆ ਹੋਵੇ ਤੇ ਮਿੱਤਰ ਨੂੰ ਦਰਵਾਜ਼ੇ ਤੇ ਮੋੜ ਦਿੰਦਾ ਹੋਵੇ ਤੇ ਮੈਂ ਬੇਨਤੀ ਕਰ ਰਿਹਾ ਸੀ ਸਤਿਗੁਰ ਮੈਡਾ ਮਿੱਤ ਹੈ ਸਤਿਗੁਰ ਵੀ ਸਾਡੇ ਮਿੱਤਰ ਨੇ ਸਤਿਗੁਰ ਕੌਣ ਹੈ ਸ਼ਬਦ ਗੁਰੂ ਸ਼ਬਦ ਗੁਰੂ ਸਾਡੇ ਇਹਨਾਂ ਦਰਵਾਜ਼ਿਆਂ ਤੇ ਆਇਆ ਆ ਕੇ ਕੰਨ ਦਾ ਦਰਵਾਜ਼ਾ ਖੜਕਾਇਆ ਅਸੀਂ ਦਰਵਾਜ਼ਾ ਖੋਲ ਕੇ ਦੇਖਿਆ ਜ਼ਰੂਰ ਹੈ ਪਰ ਆਖਿਆ ਬਾਬਾ ਜੀ ਇੱਥੇ ਮੁੜ ਜਾਓ ਆਪਣੀ ਗੱਲ ਕਹੋ ਤੇ ਇੱਥੇ ਹੀ ਮੁੜ ਜਾਓ ਕੰਨਾਂ ਦੇ ਨਾਲ ਸੁਣਿਆ ਜ਼ਰੂਰ ਹੈ ਪਰ ਉਹ ਗੱਲ ਅੰਦਰ ਨਹੀਂ ਲੈ ਕੇ ਗਏ ਵੀ ਗੁਰੂ ਨੇ ਕਿਹਾ ਕੀ ਹੈ ਅੱਖਾਂ ਦੇ ਰਾਹੀ ਗੁਰੂ ਨੇ ਦਰਸ਼ਨ ਦਿੱਤੇ ਨੇ ਅੱਖਾਂ ਦੇ ਰਾਹੀ ਦੇਖਿਆ ਅੱਖਾਂ ਦੇ ਦਰਵਾਜੇ ਰਾਹੀ ਦੇਖਿਆ ਪਰ ਉਹ ਦਰਸ਼ਨ ਅੰਦਰ ਨਹੀਂ ਲੈ ਕੇ ਗਏ ਜ਼ੁਬਾਨ ਦੇ ਨਾਲ ਸ਼ਬਦ ਬੋਲਿਆ ਉਹ ਜ਼ੁਬਾਨ ਦੇ ਨਾਲ ਬੋਲਿਆ ਗਿਆ ਸ਼ਬਦ ਅੰਦਰ ਨਹੀਂ ਲੈ ਕੇ ਗਏ ਬਾਹਰੋਂ ਹੀ ਦਰਵਾਜੇ ਤੋਂ ਮੋੜ ਦਿੱਤਾ ਫਿਰ ਮਿੱਤਰ ਕਾਦਾ ਹੋਇਆ ਸ਼ਬਦ ਸਾਡਾ ਸਤਿਗੁਰ ਕਾਦਾ ਸਾਡਾ ਮਿੱਤਰ ਹੋਇਆ ਹਾਂ ਇੱਕ ਗੱਲ ਦੇਖੋ ਵੀ ਸਾਡੇ ਕੰਨਾਂ ਵਿੱਚ ਕੋਈ ਗਲਤ ਗੱਲ ਪਾਵੇ ਕੋਈ ਗੰਦਗੀ ਵਾਲੀ ਬਾਤ ਪਾਵੇ ਕੋਈ ਵਿਸ਼ੇ ਵਿਕਾਰਾਂ ਦੀ ਗੱਲ ਪਾਵੇ ਤੇ ਬੰਦਾ ਬੜੇ ਪਿਆਰ ਨਾਲ ਸੁਣਦਾ ਹੈ ਬੜੇ ਧਿਆਨ ਨਾਲ ਸੁਣਦਾ ਹੈ ਤੇ ਇਹ ਦਰਵਾਜੇ ਦੇ ਰਾਹੀਂ ਅੰਦਰ ਭੇਜੀ ਜਾਂਦੀ ਹੈ ਫਿਰ ਕੰਨਾਂ ਦੇ ਰਾਹੀਂ ਅੰਦਰ ਭੇਜੀ ਜਾਂਦੀ ਹੈ ਗੰਦਗੀ ਹੁਣ ਦੇਖੋ ਸਾਡੇ ਘਰ ਦੇ ਸਾਹਮਣੇ ਸਾਡੇ ਦਰਵਾਜੇ ਦੇ ਬਾਹਰ ਕੋਈ ਗਵਾਂਢੀ ਆਪਣਾ ਕੂੜਾ ਸਿੱਟ ਜਾਵੇ ਤੇ ਆਪਾਂ ਕੀ ਕਹਨੇ ਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਕਿੰਨਾ ਕ ਬੰਦਾ ਬਰਦਾਸ਼ਤ ਕਰਦਾ ਹੈ ਬੰਦਾ ਕਹਿੰਦਾ ਵੀ ਤੂੰ ਸਾਡੇ ਘਰ ਨੂੰ ਡਸਟਬਿਨ ਸਮਝਿਆ ਵੀ ਜਦੋਂ ਕੂੜਾ ਚੱਕਦਾ ਤਾਂ ਸਾਡੇ ਘਰ ਦੇ ਦਰਵਾਜ਼ੇ ਦੇ ਅੱਗੇ ਆ ਕੇ ਸਿੱਟ ਦਿੰਦਾ ਆਪਾਂ ਉਹਦੇ ਨਾਲ ਲੜਨੇ ਆ ਪਰ ਕੋਈ ਗੰਦੀਆਂ ਗੱਲਾਂ ਗੰਦੀਆਂ ਬਾਤਾਂ ਵਿਸ਼ੇ ਵਿਕਾਰਾਂ ਦੀਆਂ ਬਾਤਾਂ ਕੋਈ ਨਿੰਦਿਆ ਚੁਗਲੀ ਸਾਡੇ ਕੰਨਾਂ 'ਚ ਪਾ ਰਿਹਾ ਆ ਆਪਾਂ ਬੜੇ ਧਿਆਨ ਨਾਲ ਸੁਣਦੇ ਆਂ ਤੇ ਜੋ ਕੁਝ ਸੁਣਿਆ ਜਾਂਦਾ ਹੈ ਜੋ ਦੇਖਿਆ ਜਾਂਦਾ ਹੈ ਉਹ ਸਾਰਾ ਕੁਝ ਅੰਦਰ ਜਾਂਦਾ ਹੈ ਸ਼ਬਦ ਨੂੰ ਨਾ ਦੇਖਿਆ ਤੇ ਨਾ ਸੁਣਿਆ ਤੇ ਨਾ ਉਹਨੂੰ مان ਕੇ ਪੜ ਕੇ ਅੰਦਰ ਭੇਜਿਆ ਤੇ ਇਹਦਾ ਭਾਵ ਕੀ ਹੈ ਅੰਦਰ ਕੀ ਜਮਾ ਹੋਏਗਾ ਜੋ ਇਹਨਾਂ ਦਰਵਾਜ਼ਿਆਂ ਰਾਹੀਂ ਅੰਦਰ ਭੇਜਿਆ ਗਿਆ ਉਹੀ ਕੁਝ ਜਮਾ ਹੋਏਗਾ ਹੁਣ ਐਨਾ ਕੁਝ ਵਿਸ਼ੇ ਵਿਕਾਰ ਜਮਾ ਕੀਤੇ ਨੇ ਤੇ ਬੰਦਾ ਕਹਿੰਦਾ ਵੀ ਕੋਈ ਸਾਧਨ ਹੋਵੇ ਐਸਾ ਕੋਈ ਯਤਨ ਕਰਾਂ ਐਸਾ ਸਰੀਰ ਨੂੰ ਕਸ਼ਟ ਦੇਵਾਂ ਤੇ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਮੇਰੇ ਉਹ ਵਿਕਾਰ ਖਤਮ ਹੋ ਜਾਣ ਪਰ ਮਹਾਰਾਜ ਕਹਿੰਦੇ ਮਨ ਤੇ ਕਭੂ ਨਾ ਵਿਖਿਆ ਟਰੈ ਇਹ ਮਨ ਤੋਂ ਕਦੇ ਵੀ ਇਹ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਹਟ ਨਹੀਂ ਸਕਦੇ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਨੂੰ ਤਪਾਉਣ ਦੇ ਨਾਲ ਨਹੀਂ ਜਲ ਧੋਵੇ ਬਹੁ ਦੇਹ ਅਨੀਤ ਸਤਗੁਰੂ ਜੀ ਕਹਿੰਦੇ ਨੇ ਕਿ ਇਸ ਸਰੀਰ ਨੂੰ ਕਈ ਵਾਰੀ ਪਾਣੀ ਨਾਲ ਵੀ ਧੋ ਲਵੇ ਕਈ ਵਾਰੀ ਪਾਣੀ ਨਾ ਧੋਵੇ ਇੱਕ ਵਾਰੀ ਨਹੀਂ ਦਿਹਾੜੀ ਵਿੱਚ 100 ਵਾਰੀ ਇਸ਼ਨਾਨ ਕਰ ਲਵੇ ਬਾਰ ਬਾਰ ਪਾਣੀ ਨਾ ਧੋ ਲਵੇ ਇਹ ਨਹੀਂ ਕਿ ਇਸ਼ਨਾਨ ਕਰਨਾ ਮਾੜਾ ਇਸ਼ਨਾਨ ਕਰਨਾ ਮਾੜਾ ਨਹੀਂ ਹੈ ਸਰੀਰ ਦੀ ਸ਼ੁੱਧਤਾ ਵਾਸਤੇ ਸਰੀਰ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਇਸ਼ਨਾਨ ਮਾੜਾ ਨਹੀਂ ਹੈ ਕੋਈ ਦਿਹਾੜੀ ਚ ਇੱਕ ਵਾਰੀ ਕਰੇ ਦੋ ਵਾਰੀ ਕਰੇ ਚਾਰ ਵਾਰੀ ਕਰੇ ਪਰ ਉਹਨੂੰ ਧਰਮ ਦੇ ਨਾਲ ਜੋੜ ਲਵੇ ਕਿ ਮੈਂ ਅਨੇਕਾਂ ਵਾਰੀ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਰੱਖਾਂ ਪਵਿੱਤਰ ਰੱਖਾਂ ਇਸ ਤਰ੍ਹਾਂ ਉਹ ਪਵਿੱਤਰਤਾ ਨਹੀਂ ਬਣਦੀ ਸੁੱਧ ਕਹਾਂ ਹੋਏ ਕਾਚੀ ਭੀਤ ਕਾਚੀ ਭੀ ਦਾ ਅਰਥ ਹੈ ਕੱਚੀ ਕੰਧ ਗਾਰੇ ਦੀ ਕੰਧ ਹੋਵੇ ਤੇ ਬੰਦਾ ਉਹਨੂੰ ਪਾਣੀ ਨਾਲ ਧੋਈ ਜਾਵੇ ਤੇ ਕਿੱਥੇ ਉਹ ਸਾਫ਼ ਹੁੰਦੀ ਹੈ ਗਾਰੇ ਦੀ ਕੰਧ ਪਾਣੀ ਨਾਲ ਧੋਤੇ ਆ ਕਦੇ ਸਾਫ਼ ਨਹੀਂ ਹੁੰਦੀ ਹੁਣ ਦੇਖੋ ਮਿੱਟੀ ਦੀ ਕੰਧ ਹੈ ਕਾਚੀ ਭੀਤ ਹੈ ਕੱਚੀ ਕੰਧ ਨੂੰ ਕੋਈ ਧੋਈ ਜਾਵੇ ਧੋਈ ਜਾਵੇ ਤੇ ਕੀ ਉਹਦੇ ਕੋਲ ਮਿਲੇਗਾ ਕਿੱਥੇ ਉਹ ਉਹਦੇ ਵਿੱਚ ਪਵਿੱਤਰਤਾ ਆਏਗੀ ਸੁੱਧ ਕਹਾ ਹੋਏ ਕਾਚੀ ਪੀਤ ਮਾਲਕ ਜੀ ਕਹਿੰਦੇ ਨੇ ਮਨ ਹਰ ਕੇ ਨਾਮ ਕੀ ਮਹਿਮਾ ਊਚ ਹੈ ਮੇਰੇ ਮਨ ਪਰਮਾਤਮਾ ਦੇ ਨਾਮ ਦੀ ਮਹਿਮਾ ਬੜੀ ਉੱਚੀ ਹੈ ਬਹੁਤ ਵੱਡੀ ਵਡਿਆਈ ਹੈ ਨਾਨਕ ਨਾਮ ਉਧਰੇ ਪਤਿਤ ਬਹੁ ਮੂਜ ਸਤਿਗੁਰੂ ਜੀ ਕਹਿੰਦੇ ਨਾਮ ਦੀ ਬਰਕਤ ਦੇ ਨਾਲ ਗਿਣਤੀ ਕੋਈ ਨਹੀਂ ਬੇਅੰਤ ਹੀ ਮਾੜੇ ਕਰਮ ਕਰਨ ਵਾਲੇ ਜੀਵ ਸੰਸਾਰ ਤੋਂ ਤਰ ਗਏ ਆਪਾਂ ਪਿੱਛੇ ਵਿਚਾਰ ਕੀਤੀ ਹੈ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਗਨ ਕਾ ਪਾਪਨ ਹੋਏ ਕੈ ਪਾਪਾਂ ਦਾ ਗਲਹਾਰ ਪ੍ਰੂਤਾ ਕਿਦਾਂ ਉਹਨਾਂ ਦੀ ਰੱਖਿਆ ਕੀਤੀ ਕਿਦਾਂ ਉਹਨਾਂ ਦੇ ਮਾੜੇ ਪਾਪ ਮਾੜੇ ਕਰਮ ਉਹਨਾਂ ਦੇ ਨਾਸ਼ ਕੀਤੇ ਪਰਮੇਸ਼ਰ ਦੇ ਨਾਮ ਨੇ ਇਹ ਕੇਵਲ ਤੇ ਕੇਵਲ ਕਾਦੇ ਨਾਲ ਹੋਇਆ ਨਾਮ ਦੇ ਨਾਲ ਪਰਮੇਸ਼ਰ ਦੀ ਬੰਦਗੀ ਦੇ ਨਾਲ ਮਨ ਹਰਕੇ ਨਾਮ ਕੀ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਜ ਇਸ ਨਾਮ ਨੂੰ ਜਪਣ ਦੇ ਨਾਲ ਨਾਮ ਨੂੰ ਧਿਆਉਣ ਦੇ ਨਾਲ ਬਹੁਤ ਸਾਰੇ ਪਾਪੀਆਂ ਦਾ ਬਹੁਤ ਸਾਰੇ ਮੰਦੇ ਕਰਮ ਕਰਨ ਵਾਲਿਆਂ ਦਾ ਭਲਾ ਹੋ ਗਿਆ ਉਹਨਾਂ ਦਾ ਵੀ ਪਰ ਉਤਾਰਾ ਹੋ ਗਿਆ ਸਤਿਗੁਰੂ ਜੀ ਕਿਰਪਾ ਕਰਨ ਇਹ ਵਿਚਾਰ ਸਾਡੇ ਅੰਦਰ ਵੱਸ ਸਕੇ ਸਤਿਗੁਰੂ ਜੀ ਰਹਿਮਤਾ ਕਰਨ ਸਾਰਿਆਂ ਦੀ ਹਾਜ਼ਰੀ ਲੱਗ ਜਾਏ ਚੜ੍ਹਦੀ ਕਲਾ ਵਿੱਚ ਮਹਾਰਾਜ ਸਾਰਿਆਂ ਨੂੰ ਰੱਖਣ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਗਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ